ਵਿਭਾਗ ਵੱਲੋਂ ਸਾਨੂੰ ਜਿਹੜੀ ਫੋਰਕਾਸਟ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਲੱਗ ਰਿਹਾ ਕਿ ਜਿਹੜਾ ਹੁਣ ਗਰਮੀ ਤੋਂ ਸਾਨੂੰ ਜਿਹੜੀ ਰਾਹਤ ਮਿਲੇਗੀ, ਜਿਹਦੇ ਨਾਲ ਕਿ ਟੈਂਪਰੇਚਰਸ ਵੀ ਕਾਫੀ ਮਤਲਬ ਫਾਲ ਕੀਤੇ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ 23 ਤਰੀਕ ਤੱਕ ਲੱਗ ਰਿਹਾ ਵੀ ਕਿਤੇ ਕਿਤੇ ਟੁੱਟਵੀਂ ਬੱਦਲਬਾਈ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈਗੀ ਹੈ। ਇਸ ਤਰ੍ਹਾਂ ਕਿ ਟੈਂਪਰੇਚਰਸ ਮਤਲਬ 37-38 ਦੇ ਨੀਅਰ ਅਬਾਊਟ ਚੱਲ ਰਹੇ ਨੇ, ਜੋ ਕਿ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਮਤਲਬ 40 ਤੋਂ ਉੱਪਰ ਹੀ ਰਹਿੰਦਾ ਜ਼ਿਆਦਾ। ਬਟ ਇਹ ਟੈਂਪਰੇਚਰ ਜਿਹੜਾ ਫਾਲ ਹੋ ਰਿਹਾ ਇਹ ਥੋੜ੍ਹਾ ਵੈਸਟਰਨ ਡਿਸਟਰਬੈਂਸ ਦੇ ਇੰਪੈਕਟ ਨਾਲ ਹੀ ਹਲੇ ਹੋ ਰਿਹਾ। ਸੋ ਹਲੇ ਲੱਗ ਰਿਹਾ ਕਿ 2-3 ਦਿਨ ਇਸ ਤਰ੍ਹਾਂ ਦਾ ਹੀ ਸਾਨੂੰ ਮਤਲਬ ਗਰਮੀ ਤੋਂ ਬਚਾਅ ਰਹੂਗਾ ਅਤੇ ਮਤਲਬ ਟੈਂਪਰੇਚਰ ਜਿਹੜੇ ਨੇ ਉਹ ਘੱਟ ਹੀ ਰਹਿਣਗੇ। ਜੇਕਰ ਮੈਮ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਟੈਂਪਰੇਚਰ ਜਿਹੜੇ ਉਹ ਲੋਅ ਹੋਏ ਆ, ਪਿਛਲੇ ਹਫ਼ਤੇ ਕਿੰਨਾ ਟੈਂਪਰੇਚਰ ਰਿਹਾ ਸੀ ਅਤੇ ਹੁਣ ਕਿੱਦਾਂ ਲੋਅ ਹੋਇਆ? ਪਿਛਲੇ ਹਫ਼ਤੇ ਵੀ ਜੇ ਆਪਾਂ ਮਤਲਬ 14-15 ਤਰੀਕ ਦੀ ਗੱਲ ਕਰੀਏ ਤਾਂ ਉਦੋਂ ਮਤਲਬ 41-42 ਤੱਕ ਟੈਂਪਰੇਚਰ ਸੀਗੇ। ਬਟ ਉਸ ਤੋਂ ਬਾਅਦ ਫਿਰ ਵੈਸਟਰਨ ਡਿਸਟਰਬੈਂਸ ਆਈ ਤਾਂ ਉਹਦੇ ਨਾਲ ਜਿਸ ਤਰ੍ਹਾਂ ਕਿ ਕਾਫੀ ਹਨੇਰੀ ਵੀ ਆਈ ਹੈ, ਤੂਫਾਨ ਜਿਹਾ ਮਤਲਬ ਥੋੜ੍ਹਾ ਮਤਲਬ ਡਿਸਟਰਬੈਂਸ ਜ਼ਿਆਦਾ ਰਹੀ ਹੈ ਔਰ ਬਾਰਿਸ਼ ਛਿੱਟੇ ਵੀ ਕਿਤੇ ਕਿਤੇ ਪਏ ਹੈ, ਉਹਦੇ ਨਾਲ ਜਿਹੜਾ ਟੈਂਪਰੇਚਰ ਫਾਲ ਹੋਇਆ। ਜੇ ਹੁਣ ਤੱਕ ਅਸੀਂ ਦੇਖੀਏ ਤਾਂ ਸਾਡੇ ਕੋਲ ਲੁਧਿਆਣੇ ਦਾ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਸਾਡੇ ਕੋਲ ਬਾਰਿਸ਼ ਜਿਹੜੀ ਹੈ ਉਹ 10-11 ਮਿਲੀਮੀਟਰ ਤੱਕ ਰਿਕਾਰਡ ਕੀਤੀ ਗਈ ਹੈ। ਤਾਂ ਦੇਖਿਆ ਜਾਵੇ ਤਾਂ ਜਿਹੜੀ ਫਸਟ ਫੋਰਟਨਾਈਟ ਆਫ ਜੂਨ ਦੀ ਜਿਹੜੀ ਰੇਨਫਾਲ ਹੈਗੀ ਹੈ ਉਹ ਨੀਅਰ ਅਬਾਊਟ 30 ਮਿਲੀਮੀਟਰ ਹੁੰਦੀ ਹੈ। ਸੋ ਇਸ ਤਰ੍ਹਾਂ ਤਾਂ ਸਾਨੂੰ ਲੱਗ ਰਿਹਾ ਕਿ ਕਾਫੀ ਡੈਫੀਸਿਟ ਰਹੀ ਹੈ ਜਿਹੜੀ ਮੌਨਸੂਨ ਦੀ ਬਾਰਿਸ਼ ਹੈਗੀ ਹੈ, ਇਸ ਪ੍ਰੀ ਮੌਨਸੂਨ ਜਿਹੜੀ ਆਪਾਂ ਕਹਿ ਸਕਦੇ ਹਾਂ। ਸੋ ਕਿਉਂਕਿ ਜੂਨ ਦੇ ਵਿੱਚ ਕਈ ਵਾਰੀ ਪ੍ਰੀ ਮੌਨਸੂਨ ਸ਼ਾਵਰਸ ਜਿਹੜੇ ਆ 15 ਤੋਂ ਬਾਅਦ ਆ ਜਾਂਦੇ ਆ, ਜਿਵੇਂ ਕਿ ਪਿਛਲੇ ਸਾਲ ਜਿਹੜਾ ਹੈਗਾ ਕਿ 20 ਜੂਨ ਨੂੰ ਪ੍ਰੀ ਮੌਨਸੂਨ ਜਿਹੜੀ ਹੋ ਗਈ ਸੀਗੀ, ਸਟਾਰਟ ਹੋ ਗਈ ਸੀ। ਸੋ ਇਸ ਵਾਰ ਹਲੇ ਥੋੜ੍ਹਾ ਜਿਹਾ ਡਿਲੇ ਚੱਲ ਰਿਹਾ ਹੈਗਾ, ਪਰ ਜਿਸ ਤਰ੍ਹਾਂ ਕਿ ਪਿੱਛੋਂ ਜਿਹੜੀ ਥੋੜ੍ਹੀ ਪ੍ਰੋਗਰੈਸ ਫਾਸਟ ਹੋਈ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਵੀ ਜੂਨ ਐਂਡ ਤੱਕ ਜਿਹੜੀ ਹੈ ਮੌਨਸੂਨ ਪੰਜਾਬ ਦੇ ਵਿੱਚ।